सिंह जी एसजीपीसी मेंबर इंदिरा गांधी सब तो वड्डा
प्रधानमंत्री तो बना छड़िया मगर चाबी बीबी सोनिया गांधी जी आपके को रख लिया। इसलिए लंबा समा राज करने तो बाद अज किसान के हालात खड़े हुए आ गुस्सा रख लगे हो उदो बबे आली साहब चंगे भले एमएलए होंगे सो माड़े लगन लग पे थोनू दूजे जिन्हों के हाथ लगे कहते कांग्रेस का हाथ गरीब के नो लै लो सवाल हाथ रख के सब टीचर धरने से मुलाजम धरने से आ जिन्हे जिसे डीसी कॉम्पलैक्स है जिन्हें कॉम्पलैक्स है ना जेड़े तेड़े कहे मुलाजम को भी छेद के पुछ लो सौखा मन मन की गाल कबड्डी कोई स्पीड की खेल नहीं आप पंजाबियों की खेल है आप फर्क है इस सरकार की सोच से अपनी सरकार से तुम देखो 10 साल बादल साहब मुख्यमंत्री ने तुम्हें तकलीफ नहीं आन दी मैं पुछ रहा कि पंजाबी साहब का गल कर रहा मैं क्या घर तो कल अभी 2 लाख का ट्यूबल कनेक्शन नवे दिते आ 2 साल हो गए एक ट्यूबल कनेक्शन नहीं दिते बिजली का की रहे सी किसान नु हर किस्म की जरूरत तकरीबन 5000 करोड़ अभी नहरा वास्ते कच्चिया वास्ते पक्के खाद करवा वास्ते दिते काम किराए पर इतना नजर को दिते आ फर्क है अपने दफ्तर है श्रोमणी अकाली दल ਕੋਈ ਸਰਕਾਰ ਹੈ ਪਿੰਡਾਂ ਦੀ ਸਰਕਾਰ ਹੈ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਸਰਕਾਰ ਹੈ ਵਪਾਰੀ ਦੀ ਸਰਕਾਰ ਹੈ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜੋ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਅਸੀਂ ਪੂਰਾ ਕਰਕੇ ਦਿੱਤਾ ਜੇ ਅਸੀਂ ਕਿਹਾ ਬਿਜਲੀ ਆਪ ਕਰ ਦਾਂਗੇ ਅਸੀਂ ਬਿਜਲੀ ਆਪ ਕਰਤੀ ਜੇ ਅਸੀਂ ਕਿਹਾ ਹੈ ਕਿ ਵਧੀਆ ਸੜਕਾਂ ਬਣਾ ਲਾਂਗੇ ਕਿ ਤੁਹਾਨੂੰ ਕੋਈ ਤਕਲੀਫ ਨਹੀਂ ਆਊਗੀ ਤੁਸੀਂ ਹੁਣ ਨਵੀਆਂ ਜਿਹੜੀਆਂ ਸੜਕਾਂ ਬਣੀਆਂ ਦੇਖੋ ਯਾਦ ਕਰੋ ਗੁਰਦਾਸਪੁਰ ਜ਼ਿਲ੍ਹੇ ਵਾਲਿਓ ਜਦੋਂ ਪਹਿਲੇ ਅੰਮ੍ਰਿਤਸਰ ਤੋਂ ਤੁਸੀਂ ਪਠਾਨਕੋਟ ਜਾਂ ਗੁਰਦਾਸਪੁਰ ਜਾਂਦੇ ਹੁੰਦੇ ਸੀ ਉਹ ਕਹਿ ਜੀ ਬੁਰਾ ਹਾਲ ਸੀ ਸਾਡਾ ਹੁਣ ਪਤਾ ਲੱਗਦਾ ਜਦੋਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਪਤਾ ਹੀ ਲੱਗਦਾ ਮੈਂ ਕੱਲ ਪਰਸੋਂ ਆਇਆ ਸੀ ਬਠਿੰਡੇ ਤੋਂ ਅੰਮ੍ਰਿਤਸਰ ਤੱਕ ਕਿੰਨੇ 4 ਘੰਟੇ ਲੱਗੇ ਸੀ ਅੱਜ ਫੇਰ ਪੁਣੇ ਤੋਂ ਘੰਟਿਆਂ ਚ ਪਹੁੰਚਿਆ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਾਂਗਰਸ ਦੇ ਸਾਰੇ ਨੇਤਾਵਾਂ ਦੇ ਵੱਖਰੇ ਵੱਖਰੇ ਬਿਆਨ ਨੇ ਆਪਣਾ ਜਾਖੜ ਸਾਹਿਬ ਕਹਿ ਰਹੇ ਮੈਨੂੰ ਨਿਯੋਤਾ ਆਉਂਦਾ ਤੇ ਮੈਂ ਜਾਂਦਾ ਤੇ ਉਧਰ ਮੁੱਖ ਮੰਤਰੀ ਸਾਹਿਬ ਠੁਕਰਾ ਰਹੇ ਨੇ ਮੈਂ ਉਹੀ ਕਹਿਣਾ ਚਾਹਣਾ ਆ ਬੜਾ ਇਤਿਹਾਸਿਕ ਅਸਮ ਹੈ ਬਹੁਤ ਦੇਰ ਦੀ ਕੌਮ ਦੀ ਮੰਗ ਪੂਰੀ ਹੋਈ ਹੈ ਆਪਾਂ ਸਾਰਿਆਂ ਨੂੰ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਹ ਜਿਹਾ ਕੰਮ ਮੋਦੀ ਸਾਹਿਬ ਨੇ ਕਰਤਾ ਪਰ ਕਾਂਗਰਸ ਜਿਹੜੀ ਦੇ ਰਹੀ ਹੈ ਜੇ ਵੱਖ ਵੱਖ ਨਿਯੋਤੇ ਦੇ ਆਪਣੇ ਬਿਆਨ ਛੱਡ ਰਹੇ ਆ ਕੋਈ ਨਹੀਂ ਜਾਖੜ ਵੱਖਰਾ ਬਿਆਨ ਛੱਡ ਰਿਹਾ ਮੈਂ ਕਿਹਾ ਮੁੱਖ ਮੰਤਰੀ ਕਾਂਗਰਸ ਸਾਰੇ ਫੱਟੀ ਪਈ ਹੈ ਇੱਕ ਦੂਜੇ ਨੂੰ ਨੰਬਰ ਉਹਨਾਂ ਨੂੰ ਥੱਲੇ ਕਰਨ ਦੇ ਲੱਗੇ ਜਿੰਦਰ ਦਾ ਵੇਲੇ ਡਰਾਮਾ ਕੀਤਾ ਗਿਆ ਟੇਪ ਲਾ ਦੀ ਉਹ ਸ਼ਰਮ ਆਉਣੀ ਚਾਹੀਦੀ ਹੈ ਐਡਾ ਲੀਡਰ ਪੁਰਾਣਾ ਲੀਡਰ ਹੈ ਆਪਣੇ ਆਪ ਨੂੰ ਇੰਨਾ ਪੁਰਾਣਾ ਕਹਿੰਦਾ ਕੈਬਨਿਟ ਮਿਨਿਸਟਰ ਹੈ ਲਿਖਾਉਂਦਾ ਸਾਡਾ ਨਾਂ ਲਿਖੋ ਸਾਨੂੰ ਤਾਂ ਅਗਲੀ ਵਾਰ ਵੀ ਮੈਂ ਬੇਨਤੀ ਕਰਦਾ ਕਿ ਅਸੀਂ ਨਹੀਂ ਲਿਖਾਉਂਦੇ ਪਰ ਐਲਾਨ ਲਿਖਾਉਣ ਨਾਲ ਕੋਈ ਗੱਲ ਨਹੀਂ ਬਣਦੀ ਆਪਾਂ ਇਕੱਠੇ ਹੋ ਕੇ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਐਡਾ ਵੱਡਾ ਆਪਾਂ ਨੂੰ ਖੁਸ਼ੀ ਮਿਲੀ ਹੈ ਇਕੱਠੇ ਹੋ ਕੇ ਮਨਾਈਏ ਖੁਸ਼ੀ ਇਹ ਛੋਟੀ ਛੋਟੀ ਗੱਲਾਂ 'ਚ ਪੈ ਕੇ ਆਪਾਂ ਉਸ ਮਾਹੌਲ ਖਰਾਬ ਕਰਦੇ ਹਾਂ ਇਹਦੇ ਵਿੱਚ ਸੁੱਖੀ ਰੰਧਾਵਾ ਨੂੰ ਸ਼ਰਮ ਆਉਣੀ ਚਾਹੀਦੀ ਉਹ ਤਾਂ ਉਹਦਾ ਪਹਿਲੀ ਗੱਲ ਆ ਉਹ ਕਾਂਗਰਸ ਉਹ ਪਾਕਿਸਤਾਨ ਸਰਕਾਰ ਨੇ ਉਹਨੂੰ ਨਾਲ ਖੜਾ ਕੀਤਾ ਪਾਕਿਸਤਾਨ ਸਰਕਾਰ ਨੇ ਕਰਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੌਣ ਹੈ ਦੂਜੀ ਗੱਲ ਜਿਹੜਾ ਇਨਸਾਨ ਦੇਸ਼ ਨੂੰ ਵੰਡਣ ਵਾਸਤੇ ਕਹੇ ਅਤੇ ਪਾਕਿਸਤਾਨ ਸਰਕਾਰ ਉਹਨੂੰ VIP ਬਣਾਏ ਤੇ ਫਿਰ ਪਾਕਿਸਤਾਨ ਸਰਕਾਰ ਦੀ ਨੀਤੀ ਬਾਰੇ ਪਤਾ ਲੱਗਦਾ ਅੱਗੇ ਰਣਨੀਤੀ ਕੀ ਰਹੂਗੀ ਧਰਨੇ ਲਾ ਕੇ